ਵੱਡੇ ਵੱਡੇ ਵਾਅਦੇ ਲਿਖ ਕੇ ਦੇ ਕੇ ਗਏ ਸੀਗੇ ਤੇ ਅੱਜ ਉਹ ਪਤਾ ਨੀ ਕਿਹੜੇ ਵਾਅਦੇ ਕਹਿ ਰਹੇ ਨੇ ਪੂਰੇ ਕਰਦੇ। ਸਾਡੀ ਚੌਥੀ ਪੀੜ੍ਹੀ ਆਤਮ ਹੱਤਿਆ ਕਰ ਰਹੀ ਹੈ, ਬਾਦਲ ਦੇ ਕੈਪਟਨ ਆਪਣੀ ਤੀਜੀ ਪੀੜ੍ਹੀ ਨੂੰ ਰਾਜਨੀਤੀ ਚ ਲਿਆ ਰਹੇ ਨੇ, ਲਾਂਚ ਕਰ ਰਹੇ ਨੇ। ਆ ਜਿਹੜੇ ਮੁੰਡੇ ਫਿਰਦੇ ਨੇ, ਜਿਹੜੇ ਮੋਟਰਸਾਈਕਲਾਂ ਤੇ, ਇਹ ਇਸੇ ਉਮੀਦ ਨਾਲ ਹੀ ਫਿਰਦੇ ਨੇ ਕਿ ਸ਼ਾਇਦ ਸਾਨੂੰ ਨੇਰੀ ਸੁਰੰਗ ਜਿਹੜੀ ਹੈ ਉਹਦੇ ਚੋਂ ਨਿਕਲਣ ਦਾ ਮੌਕਾ ਮਿਲੇ। ਸਾਡੀ ਰਾਜਧਾਨੀ ਜਿਹੜੀ ਹੈ ਉੱਥੇ ਆਈ ਐਸ ਬੀ ਡੀ ਲਿਖਿਆ ਹੋਇਆ, ਸਾਨੂੰ ਕੀ ਪਤਾ ਆਈ ਐਸ ਬੀ ਡੀ ਕੀ ਹੁੰਦਾ, ਬਸ ਸਾਡਾ ਲਿਖ ਰਹੇ ਨੂੰ ਕੀ ਫਰਕ ਪੈਂਦਾ ਇਹਨਾਂ ਨੂੰ। ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ MP ਭਗਵੰਤ ਮਾਨ ਵੱਲੋਂ ਰੱਖੀ ਗਈ ਪੰਜਾਬ ਬੋਲਦਾ ਮੁਹਿੰਮ ਦੇ ਤਹਿਤ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ। ਨਿਹਾਲ ਸਿੰਘ ਵਾਲਾ ਤੋਂ ਸੈਦੋਕੇ ਪੁੱਜੇ ਭਗਵੰਤ ਮਾਨ ਨੂੰ ਪਿੰਡ ਦੇ ਨੌਜਵਾਨਾਂ ਨੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੈ ਕੇ ਰੋਡ ਸ਼ੋਅ ਦੇ ਰਾਹੀਂ ਪਿੰਡ ਵਿੱਚ ਪ੍ਰਵੇਸ਼ ਕਰਵਾਇਆ। ਭਗਵੰਤ ਮਾਨ ਦੇ ਨਾਲ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ MLA ਮਨਜੀਤ ਸਿੰਘ ਬਿਲਾਸਪੁਰਾ ਅਤੇ ਹਲਕਾ ਫਰੀਦਕੋਟ ਤੋਂ ਸਾਬਕਾ MP ਪ੍ਰੋਫੈਸਰ ਸਾਧੂ ਸਿੰਘ ਵੀ ਮੌਜੂਦ ਸਨ। ਲੋਕਾਂ ਵਿੱਚ ਭਗਵੰਤ ਮਾਨ ਨੂੰ ਸੁਣਨ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਸੀ। ਸਟੇਜ ਦੇ ਉੱਪਰੋਂ ਭਗਵੰਤ ਮਾਨ ਤੋਂ ਪਹਿਲਾਂ ਮਨਜੀਤ ਸਿੰਘ ਬਿਲਾਸਪੁਰ ਤੇ ਪ੍ਰੋਫੈਸਰ ਸਾਧੂ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਦੇਰ ਸ਼ਾਮ ਹੋਣ ਤੋਂ ਬਾਅਦ ਵੀ ਆਪਣੇ ਹਰਮਨ ਪਿਆਰੇ ਨੇਤਾ ਨੂੰ ਸੁਣਨ ਦੇ ਲਈ ਜੁੜੇ ਬੈਠੇ ਲੋਕਾਂ ਦੀ ਭੀੜ ਨੇ ਭਗਵੰਤ ਮਾਨ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਅਤੇ ਭਗਵੰਤ ਮਾਨ ਨੇ ਵੀ ਆਪਣੇ ਚਾਹਤਿਆਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਅਤੇ ਆਪਣੇ ਅੰਦਾਜ਼ ਦੇ ਵਿੱਚ ਸਰਕਾਰ ਨੂੰ ਆੜੇ ਹੱਥ ਲਿਆ। ਕਰਜ਼ੇ ਨਾਲ, ਬੇਰੁਜ਼ਗਾਰੀ ਨਾਲ, ਮਹਿੰਗਾਈ ਨਾਲ, ਕੈਂਸਰ ਨਾਲ ਕੋਈ ਹੱਲ ਕਰ ਦੋ, ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ, ਬਾਹਰ ਨੂੰ ਭੱਜ ਰਹੇ ਹਾਂ ਅਸੀਂ। ਸੋ ਇਹ ਵਿਚਾਰ ਵਟਾਂਦਰੇ ਲੋਕਾਂ ਨਾਲ ਕਰਾਂਗੇ, ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵੀ ਗਿਣਾਵਾਂਗੇ ਕਿ ਕਿਵੇਂ ਸਾਨੂੰ ਵੱਡੇ ਵੱਡੇ ਵਾਅਦੇ ਲਿਖ ਕੇ ਦੇ ਕੇ ਗਏ ਸੀਗੇ ਤੇ ਅੱਜ ਉਹ ਪਤਾ ਨਹੀਂ ਕਿਹੜੇ ਵਾਅਦੇ ਕਹਿ ਰਹੇ ਨੇ ਕਿ ਪੂਰੇ ਕਰਤੇ। 5-2.5 ਸਾਲ ਹੋਏ ਸਰਕਾਰ ਨੂੰ, ਤੁਸੀਂ ਵਧੀਆ ਦੇ ਵਿੱਚ ਆ ਜੀ, ਤੇ ਕਿਸ ਤਰ੍ਹਾਂ ਸਰਕਾਰ ਦੇ ਕੰਮ ਕਰ ਰਹੇ ਹੋ? ਕੋਈ ਕੰਮ ਹੋਇਆ ਹੀ ਨਹੀਂ ਜੀ। ਆ ਜਿਹੜੇ ਮੁੰਡੇ ਫਿਰਦੇ ਨੇ, ਆ ਜਿਹੜੇ ਮੋਟਰਸਾਈਕਲਾਂ ਤੇ, ਇਹ ਇਸੇ ਉਮੀਦ ਨਾਲ ਹੀ ਫਿਰਦੇ ਨੇ ਕਿ ਸ਼ਾਇਦ ਸਾਨੂੰ ਨੇਰੀ ਸੁਰੰਗ ਜਿਹੜੀ ਹੈ ਉਹਦੇ ਚੋਂ ਨਿਕਲਣ ਦਾ ਮੌਕਾ ਮਿਲੇ। ਕਿਸ ਨੌਜਵਾਨ ਨੂੰ ਨੌਕਰੀ ਮਿਲੀ ਹੈ? ਪੰਜਾਬ 'ਚ ਨਸ਼ਾ ਕਿੰਨਾ ਖਤਮ ਹੋਇਆ? ਕਦੋਂ ਖਤਮ ਹੋਇਆ? ਹਰ ਰੋਜ਼ ਬਲਕਿ ਵੱਧ ਗਿਆ, ਬਲਕਿ ਚੌਥੀ ਪੀੜ੍ਹੀ ਨੇ ਆਤਮ ਹੱਤਿਆ ਕੀਤੀ ਭੋਤਨਾ ਪਿੰਡ 'ਚ, ਇੱਕੋ ਪਰਿਵਾਰ ਦਾ ਪੰਜਵਾਂ ਜੀ। ਸਾਡੀ ਚੌਥੀ ਪੀੜ੍ਹੀ ਆਤਮ ਹੱਤਿਆ ਕਰ ਰਹੀ ਹੈ, ਬਾਦਲ ਤੇ ਕੈਪਟਨ ਆਪਣੀ ਤੀਜੀ ਪੀੜ੍ਹੀ ਨੂੰ ਰਾਜਨੀਤੀ 'ਚ ਲਿਆ ਰਹੇ ਨੇ, ਲਾਂਚ ਕਰ ਰਹੇ ਨੇ। ਸੋ ਹਾਕਮ ਮੌਜਾਂ ਕਰਨ, ਲੋਕ ਭੁੱਖੇ ਮਰਨੇ, ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ, ਲੋਕਾਂ ਕੋਲ ਜਦੋਂ ਜਵਾਬ ਦੇਣ ਦਾ ਟਾਈਮ ਆਊਗਾ ਲੋਕ ਜਵਾਬ ਦੇਣਗੇ। ਦਫ਼ਤਰੀ ਭਾਸ਼ਾ ਉਹ ਪੰਜਾਬੀ ਨਹੀਂ ਹੈਗੀ। ਸਾਡੀ ਰਾਜਧਾਨੀ ਜਿਹੜੀ ਹੈ ਉੱਥੇ ISBT ਲਿਖਿਆ ਹੋਇਆ, ਸਾਨੂੰ ਕੀ ਪਤਾ ISBT ਕੀ ਹੁੰਦਾ, ਬਸ ਸਾਡਾ ਲਿਖ ਰਿਹਾ ਨੂੰ ਕੀ ਫਰਕ ਪੈਂਦਾ ਇਹਨਾਂ ਨੂੰ, ਠੀਕ ਹੈ ਨਾ। ਸੋ ਪੰਜਾਬੀ ਬੋਲੀ ਜਿਹੜੀ ਹੈ ਉਹ ਬਹੁਤ ਅਮੀਰ ਵਿਰਸੇ ਵਾਲੀ ਬੋਲੀ ਹੈ, ਹਾਲਾਂਕਿ ਇਹਦੇ ਨਾਲ ਕੋਈ ਪੰਜਾਬੀ ਬੋਲੀ ਨੂੰ ਖਤਰਾ ਨਹੀਂ ਪੈਦਾ ਹੁੰਦਾ, ਪਰ ਜੇ ਕੋਈ ਇੱਦਾਂ ਕੋਸ਼ਿਸ਼ ਕਰਨਗੇ ਕਿ ਸਾਡੀ ਮਾਂ ਬੋਲੀ ਦੀ ਕੀਮਤ 'ਤੇ ਕੋਈ ਹੋਰ ਬੋਲੀ ਸਾਡੇ 'ਤੇ ਥੱਪਣਗੇ ਤਾਂ ਉਹਦਾ ਜ਼ਬਰਦਸਤ ਵਿਰੋਧ। ਮਾਨ ਸਾਹਿਬ, ਅੱਜ ਦੀ ਰੈਲੀ ਜਿਮਨੀ ਚੋਣਾਂ ਦੀ ਤਿਆਰੀ ਮੰਨੀ ਜਾਵੇ? ਜਿਮਨੀ ਚੋਣਾਂ ਦੀ ਤਿਆਰੀ ਤਾਂ ਖੈਰ ਇੱਥੇ ਤਾਂ ਹੈ ਨਹੀਂ, ਪਰ ਗੱਲ ਇਹ ਹੈ ਕਿ ਜਿਹੜਾ ਫਗਵਾੜਾ ਅਤੇ ਜਲਾਲਾਬਾਦ, ਦਾਖਾ ਅਤੇ ਮੁਕੇਰੀਆਂ ਜਿਹੜੇ ਉੱਥੇ, ਮੈਂ ਦਾਖੇ ਵੀ ਜਾਏ ਹਾਂ, ਜਲਾਲਾਬਾਦ ਵੀ ਜਾਏ ਹਾਂ, ਮੁਕੇਰੀਆਂ ਵੀ ਜਾਏ ਹਾਂ। ਸੋ ਫਗਵਾੜੇ ਦੀ ਵੀ ਆਉਣ ਵਾਲੇ ਦਿਨਾਂ 'ਚ ਰੈਲੀ ਕਰਾਂਗੇ, ਔਰ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੈ ਅਤੇ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਵੀ, ਚਾਹੇ ਸਰਪੰਚੀ ਦੀਆਂ, ਚਾਹੇ ਬਲਾਕ ਸਮਿਤੀ ਦੀਆਂ, ਸਾਰੀ ਲੜਾਈ ਹਮੇਸ਼ਾ ਉਮੀਦਵਾਰ ਪਹਿਲਾਂ ਐਲਾਨ ਦੇ ਰਹੇ ਹੋ, ਐਕਟਿਵਿਟੀ ਕੋਈ ਕਰੋਗੇ ਪਹਿਲਾਂ? ਹਾਂਜੀ, ਕੋਰ ਕਮੇਟੀ ਦੀ ਮੀਟਿੰਗ ਹੋਊਗੀ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਵਿੱਚ, ਅਤੇ ਵਲੰਟੀਅਰਾਂ ਨੂੰ ਪੁੱਛ ਕੇ ਕਿ ਜਿਹਨੂੰ ਵੀ ਉਹ ਰਿਕਮੈਂਡ ਕਰਨਗੇ ਉਹ ਅਪਣਾਉਣਗਾ। ਮੋਗਾ ਤੋਂ ਸੰਜੀਵ ਅਰੋੜਾ ਤੇ ਕੈਮਰਾਮੈਨ ਰਜਿੰਦਰ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ TV NRI ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।